ਸਤਿ ਸ਼੍ਰੀ ਅਕਾਲ, ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ। ਅਤੇ ਬਠਿੰਡਾ ਦੇ ਵਿੱਚ ਮਨਰੇਗਾ ਯੂਨੀਅਨ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਇੱਕ ਮੰਗ ਪੱਤਰ ਸੌਂਪਿਆ ਗਿਆ। ਦਰਅਸਲ ਇੱਥੇ ਯੂਨੀਅਨ ਦੇ ਆਗੂ ਜਿਨ੍ਹਾਂ ਦਾ ਇਹ ਕਹਿਣਾ ਕਿ 29 ਜੂਨ ਨੂੰ ਮੋਗਾ ਦੇ ਵਿੱਚ ਇਹਨਾਂ ਦਾ ਇਜਲਾਸ ਹੋਇਆ ਸੀ, ਜਿਸ ਦੌਰਾਨ ਕਿ ਜਿਹੜੀ ਨਵੇਂ ਸਾਰੇ ਮੈਂਬਰਸ ਨੇ ਉਹਨਾਂ ਦੀ ਚੋਣ ਕੀਤੀ ਗਈ ਸੀ, ਨਵੀਂ ਯੂਨੀਅਨ ਦੀ ਚੋਣ ਹੋਈ ਸੀ। ਅਤੇ ਉਸੇ ਦਰਮਿਆਨ ਇਹਨਾਂ ਦਾ ਕਹਿਣਾ ਕਿ ਪਿਛਲੇ 15 ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਇਹਨਾਂ ਨੂੰ ਹੋ ਗਿਆ ਕਿ ਇਹ ਮਨਰੇਗਾ ਦੇ ਵਿੱਚ ਕੰਮ ਕਰ ਰਹੇ ਨੇ, ਪਰ ਅਜੇ ਤੱਕ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇਹਨਾਂ ਦਾ ਕਹਿਣਾ ਕਿ ਹਰ ਵਾਰ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਵਾਅਦੇ ਕਈ ਕਰ ਦਿੱਤੇ ਜਾਂਦੇ ਨੇ, ਮੀਟਿੰਗਾਂ ਵੀ ਹੁੰਦੀਆਂ ਨੇ, ਭਰੋਸੇ ਵੀ ਦਿੱਤੇ ਜਾਂਦੇ ਨੇ, ਪਰ ਉਹਨਾਂ ਭਰੋਸਿਆਂ ਨੂੰ ਲੈ ਕੇ ਕਦੀ ਵੀ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਚੱਲਦਿਆਂ ਕਿ ਇਹਨਾਂ ਦੇ ਵੱਲੋਂ ਹੁਣ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ। ਅਤੇ ਜਿਹੜੀਆਂ ਇਹਨਾਂ ਦੀਆਂ ਤਮਾਮ ਮੰਗਾਂ ਨੇ, ਰੈਗੂਲਰ ਕਰਨ ਸਮੇਤ ਹੋਰ ਵੀ ਕਈ ਮੰਗਾਂ ਨੇ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹਨਾਂ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਮੰਗਾਂ ਵੱਲ ਧਿਆਨ ਨਾ ਦੇਣ 'ਤੇ ਇਹਨਾਂ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਹੈ। ਹਾਂਜੀ ਵੀਰ ਜੀ, ਕੀ ਨਾਮ ਹੈ? ਮੈਂ ਵਰਿੰਦਰ ਸਿੰਘ ਜੀ, ਸੂਬਾ ਆਗੂ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ। ਕੀ ਗੱਲ ਹੋਈ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ? ਅੱਜ ਅਸੀਂ ਜਿਵੇਂ ਪਿਛਲੇ ਦਿਨੀ ਅਸੀਂ 29 ਤਰੀਕ ਨੂੰ ਮੋਗੇ ਦੇ ਵਿੱਚ ਸਾਡਾ ਇਜਲਾਸ ਰੱਖਿਆ ਸੀਗਾ, ਜਿਹਦੇ ਵਿੱਚ ਸਾਡੀ ਨਵੀਂ ਯੂਨੀਅਨ ਦੀ ਜਿਹੜੀ ਚੋਣ ਹੋਈ ਸੀ, ਉਸੇ ਤਹਿਤ ਅਸੀਂ ਜਿਹੜੀਆਂ ਸਾਨੂੰ ਲਗਭਗ ਪਿਛਲੇ 2 ਸਾਲਾਂ ਤੋਂ ਸਮੱਸਿਆਵਾਂ ਸਾਡੀ ਜਥੇਬੰਦੀ ਨੂੰ, ਸਾਡੇ ਮੁਲਾਜ਼ਮ ਨੂੰ ਆ ਰਹੀਆਂ ਸੀ, ਉਹਨਾਂ ਬਾਰੇ ਵਿਚਾਰ ਤੰਦਰਾ ਕੀਤਾ। ਪਰ ਕਿਉਂਕਿ ਸਾਡੀ ਭਰਤੀ ਹੈ ਜਿਹੜੀ ਲਗਭਗ ਪਿਛਲੇ 16 ਸਾਲਾਂ ਤੋਂ ਹੋਈ ਹੈ, ਅਤੇ ਸਾਰੀਆਂ ਹੀ ਸਰਕਾਰਾਂ ਨਾਲ ਅਸੀਂ ਲੜਦੇ ਆਏ ਹਾਂ ਵੀ ਸਾਡੇ ਰੁਜ਼ਗਾਰ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਜਿਹੜੀ ਸਾਡੀ ਭਰਤੀ ਹੈ ਪ੍ਰੋਪਰ ਥਰੂ ਚੈਨਲ ਹੋਈ ਹੈ, ਜਿਵੇਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਸਿੱਧੇ ਤੌਰ 'ਤੇ ਜਿਨ੍ਹਾਂ ਦੀ ਭਰਤੀ ਹੋਈ ਹੈ ਪ੍ਰੋਪਰ ਥਰੂ ਚੈਨਲ ਭਰਤੀ, ਉਹਨਾਂ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਊਗਾ। ਪਰ ਪਿਛਲੀਆਂ ਸਰਕਾਰਾਂ ਚਾਹੇ ਉਹ ਕਾਂਗਰਸ ਹੋਵੇ, ਅਕਾਲੀ ਹੋਵੇ, ਹਰੇਕ ਸਰਕਾਰਾਂ ਨੇ ਵਾਅਦੇ ਕੀਤੇ ਸੀ, ਉਹਨਾਂ ਨੇ ਆਪਦੇ ਵਾਅਦੇ ਨਹੀਂ ਪੁਗਾਏ ਸਾਡੇ ਨਾਲ। ਇਵੇਂ ਜਿਵੇਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਬਦਲਾਅ ਆਊਗਾ, ਇੱਥੋਂ ਦੇ ਨੌਜਵਾਨ ਹੈ ਜਿਹੜੇ ਬੇਰੁਜ਼ਗਾਰ ਨਹੀਂ ਰਹਿਣਗੇ, ਇੱਥੋਂ ਦੇ ਨੌਜਵਾਨ ਜਿਹੜੇ ਆਤਮ ਹੱਤਿਆ, ਨਸ਼ਿਆਂ ਜਾਂ ਬਾਹਰ ਦੇ ਰਸਤੇ ਨਹੀਂ ਅਪਣਾਉਣਗੇ, ਉਹਨਾਂ ਦੇ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਾਂਗੇ ਅਤੇ ਨਵੀਆਂ ਨੌਕਰੀਆਂ ਦੇਵਾਂਗੇ। ਪਰ ਲਗਭਗ 2.5 ਸਾਲ ਦਾ ਸਮਾਂ ਹੋ ਗਿਆ, ਇਹ ਭਗਵੰਤ ਮਾਨ ਨੇ ਸਾਡੇ ਨਾਲ ਇੱਕ ਮੀਟਿੰਗ ਵੀ ਨਹੀਂ ਕੀਤੀ। ਉਸ ਤੋਂ ਅਗਲੀ ਗੱਲ, ਮੀਟਿੰਗ ਕਰਕੇ ਪੱਕੇ ਕਰਨ ਦੀ ਤਾਂ ਕੀ ਗੱਲ ਕਰਨੀ, ਸਾਡੀਆਂ ਲਗਭਗ ਪਿਛਲੇ 3 ਮਹੀਨਿਆਂ ਤੋਂ ਜਿਹੜੀਆਂ ਤਨਖਾਹਾਂ ਵੀ ਬੰਦ ਹੋਈਆਂ ਪਈਆਂ। ਉਸ ਤੋਂ ਅਗਲਾ ਘਾੜਾ, ਜਿਹੜਾ ਅਸੀਂ ਮਜ਼ਦੂਰਾਂ ਨੂੰ ਰੁਜ਼ਗਾਰ ਦਿੰਦੇ ਸੀਗੇ, ਮੁਲਾਜ਼ਮ ਅਸੀਂ ਜਿਹੜੀ ਸਾਡੀ ਤਨਖਾਹ ਹੁੰਦੀ ਸੀ, ਉਹਨਾਂ ਜਿਹੜੇ ਨਰੇਗਾ ਮਜ਼ਦੂਰਾਂ ਦਾ ਜਿਹੜਾ ਕੰਮ ਵੀ ਇਸ ਸਰਕਾਰ ਨੇ ਬੰਦ ਕੀਤਾ, ਚਾਹੇ ਉਹਦੇ ਵਿੱਚ ਸੈਂਟਰ ਵੀ ਭਾਗੀਦਾਰ ਹੈ, ਉਹ ਨਹੀਂ ਭਾਗੀਦਾਰ ਇਸ ਦੇ ਵਿੱਚ ਸਟੇਟ ਸਰਕਾਰ ਹੈ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਕੱਚੇ ਕੰਮ ਕਰਕੇ ਲੱਖਾਂ ਮਜ਼ਦੂਰਾਂ ਦਾ ਜਿਹੜਾ ਘਰ ਚੱਲਦਾ ਸੀਗਾ, ਜਿਵੇਂ ਕੱਚੇ ਰਾਹਾਂ ਦਾ ਕੰਮ, ਰੋਡ ਵਰਮਾ ਦਾ ਕੰਮ, ਖਾਲਿਆਂ ਨਾਲ ਮਿੱਟੀ ਲਾਉਣ ਦਾ ਕੰਮ, ਉਹ ਕੰਮ ਬੰਦ ਕਰਤੇ ਇਹਨਾਂ ਨੇ, ਅਤੇ ਜਿਹੜੇ ਮਜ਼ਦੂਰ ਹੈ ਉਹ ਸਾਡੇ ਪਿੰਡਾਂ ਦੇ ਵਿੱਚ ਗਿਆਂ ਦੇ ਗਲ ਪੈਂਦੇ ਵੀ ਤੁਸੀਂ ਕੰਮ ਨਹੀਂ ਚਲਾਉਂਦੇ। ਹਾਲਾਂਕਿ ਇਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਡੀਸੀ ਨੂੰ ਮੰਗ ਪੱਤਰ ਦੇਣਾ ਚਾਹਿਆ, ਅਸੀਂ 1.25 ਘੰਟਾ ਡੀਸੀ ਸਾਹਿਬ ਦੇ ਕਮਰੇ ਅੱਗੇ ਬੈਠੇ ਰਹੇ ਹਾਂ ਦਫ਼ਤਰ ਅੱਗੇ, ਉਹਨਾਂ ਨੇ ਮੰਗ ਪੱਤਰ ਵੀ ਲੈਣਾ ਠੀਕ ਨਹੀਂ ਸਮਝਿਆ ਸਾਨੂੰ, ਉਹਨਾਂ ਨੇ ਕਹਿਤਾ ਵੀ ਤੁਸੀਂ SDM ਸਾਹਿਬ ਨੂੰ ਮੰਗ ਪੱਤਰ ਦੇ ਦਿਓ। ਹਾਲਾਂਕਿ SDM ਸਾਹਿਬ ਨੂੰ ਸਾਡੀ ਜਿਹੜੀ ਸਕੀਮ ਬਾਰੇ ਕੋਈ ਪਤਾ ਨਹੀਂ, ਅਸੀਂ ਸਿੱਧੇ ADC ਅਤੇ DC ਸਾਹਿਬ ਦੇ ਟੱਚ ਦੇ ਵਿੱਚ ਹਾਂ ਜਿਹੜੇ ਸਕੀਮ ਨੂੰ ਚਲਾ ਰਹੇ ਹੈ। ਸਾਡੀ ਮੰਗ ਇਹ ਹੈ ਵੀ ਸਾਨੂੰ ਜਿਹੜਾ ਸਾਡੇ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ, ਸਾਡੀਆਂ ਤਨਖਾਹਾਂ ਰੈਗੂਲਰ ਦਿੱਤੀਆਂ ਜਾਣ, ਅਤੇ ਜਿਹੜੇ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਕੱਚਾ ਕੰਮ, ਉਹਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ। ਜੇ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 6 ਤਰੀਕ ਨੂੰ, 6 ਜੁਲਾਈ ਨੂੰ ਜਲੰਧਰ ਦੇ ਵਿੱਚ, ਜਿੱਥੇ ਜਿਮਣੀ ਚੋਣ ਦੇ ਵਿੱਚ ਭਗਵੰਤ ਮਾਨ ਕਹਿੰਦਾ ਵੀ ਮੈਂ ਹਰੇਕ ਦੀਆਂ ਜਿਹੜੀਆਂ ਮੰਗਾਂ ਮਸਲਿਆਂ ਦਾ ਹੱਲ ਕਰਨ ਲਈ ਜਿੱਥੇ ਵੀ ਜਾਊਂਗਾ ਮੈਂ ਉੱਥੇ ਹਾਜ਼ਰ ਹੋਇਆ ਕਰੂੰਗਾ, ਲੋਕ ਮੇਰੇ ਕੋਲ ਆ ਕੇ ਆਪਦੇ ਮੰਗਾਂ ਮਸਲਿਆਂ ਹੱਲ ਕਰ ਲੈਣਗੇ, ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਜਲੰਧਰ ਜਾ ਰਹੇ ਹਾਂ ਜੇ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਨਹੀਂ ਹੋਇਆ। ਕਿੰਨੇ ਚਿਰ ਤੋਂ ਇਹ ਜਿਹੜਾ ਕੰਮ ਬੰਦ ਪਿਆ ਗਿਆ? ਇਹ ਲਗਭਗ ਪਿਛਲੇ 2 ਮਹੀਨਿਆਂ ਤੋਂ
ਜਿਹੜੇ ਕੱਚੇ ਕੰਮ ਆ ਉਹ ਬੰਦ ਪਏ ਆ। ਅਸੀਂ ਵੀ ਵਾਰ ਵਾਰ ਇਹਨਾਂ ਨੂੰ ਮਤੇ ਪਾ ਕੇ ਦੇ ਤੇ, ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਦੇ ਤੇ, ਇੱਥੋਂ ਦੇ ਜਿਹੜੇ ਪ੍ਰਬੰਧਕ ਲਾਏ ਆ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਉਹਨਾਂ ਦੇ ਦਸਤਖਤਾਂ ਦੇ, ਉਹਨਾਂ ਦੇ ਜਿਹੜੇ ਮੀਟਿੰਗਾਂ ਕਰਕੇ ਅਸੀਂ ਮੰਗ ਪੱਤਰ ਦੇ ਤੇ, ਪਰ ਫਿਰ ਵੀ ਜਿਹੜੇ ਉਹ ਜਿਹੜੇ ਕੱਚੇ ਕੰਮ ਪਾਸ ਨਹੀਂ ਕੀਤੇ ਜਾ ਰਹੇ। ਜੇ ਉਹ ਪਾਸ ਹੋਣਗੇ ਤਾਂ ਪਿੰਡਾਂ ਦੇ ਵਿੱਚ ਕੰਮ ਚੱਲਣਗੇ। ਇਸ ਕਰਕੇ ਜਿਹੜੇ ਮਜ਼ਦੂਰ ਹੈ ਉਹ ਮਤਲਬ ਕਿ ਉਹਨਾਂ ਵਿੱਚ ਹਾਹਾਕਾਰ ਮੱਚੀ ਹੋਈ ਆ ਵੀ ਸਾਨੂੰ ਨਰੇਗਾ ਦਾ ਕੰਮ ਨਹੀਂ ਮਿਲ ਰਿਹਾ। ਜਿਵੇਂ ਲੱਖਾਂ ਰੁਪਇਆ ਲਾ ਕੇ ਇਹਨਾਂ ਨੇ ਫਲੈਕਸਾਂ ਲਾਈਆਂ ਸੀ, ਕਹਿੰਦੇ 36,000 ਕੱਚੇ ਕੰਮ ਪੱਕੇ ਕਰਤੇ, ਉਹ ਫਿਰ ਕਿਹੜੇ ਕਰਿਆ ਜੀ? ਦੇਖੋ ਜੀ, ਜਿਵੇਂ ਕਹਿੰਦੇ ਹੁੰਦੇ ਵੀ ਭਗਵੰਤ ਮਾਨ ਕਿੱਕਲੀਆਂ ਸੁਣਾ ਕੇ ਮੁੱਖ ਮੰਤਰੀ ਦਾ ਬਣ ਗਿਆ, ਉਹ ਕਿੱਕਲੀਆਂ ਇਹਨਾਂ ਦੀਆਂ ਐਤਕੀ MP ਇਲੈਕਸ਼ਨਾਂ 'ਚ ਨਹੀਂ ਚੱਲੀਆਂ, ਕਿਉਂਕਿ ਇਕੱਲੀਆਂ ਫਲੈਕਸਾਂ ਜਿਵੇਂ ਕਹਿੰਦੇ ਸੀ ਲੱਖਾਂ ਕਰੋੜਾਂ ਰੁਪਇਆ ਖਰਚ ਕਰਕੇ ਇਹਨਾਂ ਨੇ ਸੜਕਾਂ 'ਤੇ ਬੋਰਡ ਲਾ ਕੇ ਸੜਕਾਂ ਭਰਤੀਆਂ ਸੀਗੀਆਂ, ਆਹ ਅੱਜ ਉਹਨਾਂ ਦੇ ਤੁਹਾਡੇ ਸਾਹਮਣੇ ਹੈ। ਜਿਹੜੇ ਇਹ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਸੀ, ਕੱਚੇ ਮੁਲਾਜ਼ਮ ਪੱਕੇ ਕਰਤੇ, ਅੱਜ ਵੀ EGS ਵਾਲੇ ਟੀਚਰ ਹੈ। ਜੇ ਅਸੀਂ ਸਹੀ ਦੇਖੀਏ ਵੀ ਅਸੀਂ ਜਥੇਬੰਦੀ ਤੌਰ 'ਤੇ ਜਾਂ ਮੁਲਾਜ਼ਮ ਤੌਰ 'ਤੇ ਦੇਖੀਏ, ਉਹਨਾਂ ਮੁਲਾਜ਼ਮਾਂ ਦੀਆਂ ਇਕੱਲੀਆਂ ਤਨਖਾਹਾਂ ਵਧਾਈਆਂ, ਹੋਰ ਕੁਛ ਨਹੀਂ ਕਰਿਆ। ਉਹ ਤਨਖਾਹਾਂ ਵਧਾਉਣ ਕਰਕੇ ਪੋਸਟਰ ਲਾ ਤੇ ਵੀ ਅਸੀਂ ਇੰਨੇ ਮੁਲਾਜ਼ਮ ਜਿਹੜੇ ਪੱਕੇ ਕਰਤੇ, ਹੋਰ ਕਿਸੇ ਵੀ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਪੱਕਾ ਤਾਂ ਕੀ ਕਰ, ਉਹਨਾਂ ਨਾਲ ਮੀਟਿੰਗ ਵੀ ਨਹੀਂ ਕੀਤੀ। ਇੱਥੇ ਲੱਖਾਂ ਜਿਹੜੇ ਮੁਲਾਜ਼ਮ ਹੈ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਝੰਡੇ ਹੇਠ ਲੜ ਰਹੇ ਹੈ, ਉਹਨਾਂ ਨਾਲ 21 ਵਾਰ ਮੀਟਿੰਗ ਦੇ ਕੇ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕਰੀ, ਫਿਰ ਪੱਕੇ ਕੀ ਕਰਨਾ ਉਹਨਾਂ ਨੂੰ? ਹੁਣ ਜੇ ਕੰਮ ਚਾਲੂ ਨਹੀਂ ਕੀਤੇ ਜਾਂਦੇ ਤਾਂ ਫਿਰ ਅਗਲਾ ਐਕਸ਼ਨ ਕੀ ਹੋਊਗਾ? ਆਉਣ ਵਾਲਾ ਸਾਡੇ ਕੋਲ ਤਾਂ ਬਸ ਇਹੀ ਹੈ, ਜੇ ਸਾਨੂੰ ਤਨਖਾਹਾਂ ਨਾ ਮਿਲੀਆਂ ਤਾਂ ਸਾਡੇ ਘਰ ਕਿਵੇਂ ਚੱਲਣਗੇ? ਜੇ ਸਾਡੇ ਘਰ ਨਾ ਚੱਲੇ ਤਾਂ ਫਿਰ ਸਾਨੂੰ ਸੜਕਾਂ 'ਤੇ ਆਉਣਾ ਪਊਗਾ, ਫਿਰ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇੱਥੇ, ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਵੀ ਕਰਦੇ ਰਹੇ ਹਾਂ ਵਿਰੋਧ, ਆਪਦੇ ਰੁਜ਼ਗਾਰ ਨੂੰ ਬਚਾਉਣ ਦੇ ਲਈ, ਆਪਦੇ ਘਰ ਨੂੰ ਚਲਾਉਣ ਲਈ, ਆਪਦੇ ਜਵਾਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਅਸੀਂ ਸਰਕਾਰ ਨਾਲ ਲੜਾਂਗੇ।